ਫੌਜ ਦੇ ਵਿੱਚ ਜਾ ਕੇ ਉਹਨੇ ਬਹੁਤ ਮਿਹਨਤ ਕੀਤੀ, ਘਰ ਦੀ ਗਰੀਬੀ ਦੂਰ ਕਰਤੀ। ਉਹ ਸ਼ਹੀਦ ਹੋਇਆ, ਸੋਗ ਦਾ ਸਾਰੇ ਪਿੰਡ ਨੇ ਮਨਾਇਆ। ਉਹਨਾਂ ਨੇ 2008 ਦੇ ਵਿੱਚ ਆਰਮੀ ਜੁਆਇਨ ਕੀਤੀ ਸੀ ਔਰ 2022 ਦੇ ਵਿੱਚ ਗਲਵਾਨ ਦੇ ਵਿੱਚ ਉਹ ਸ਼ਹੀਦ ਹੋ ਗਏ। ਡਿਊਟੀ ਉਹਨਾਂ ਨੇ ਬੜੀ ਆਪਣੀ ਇਮਾਨਦਾਰੀ ਨਾਲ, ਵਫਾਦਾਰੀ ਨਾਲ ਨਿਭਾਈ। ਹਮੇਸ਼ਾ ਡਿਊਟੀ ਲਈ ਅੱਗੇ ਰਹੇ। ਦੇਸ਼ ਦੀ ਸੇਵਾ ਲਈ ਉਹਨਾਂ ਨੇ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਗਰੀਬੀ ਤੋਂ ਹੁਣ ਤਾਂ ਕੋਠੀ ਬਹਿਲ ਪਾ ਤੇ ਹੁਣ ਆਪ ਨਹੀਂ ਰਹੇ। ਜੇ ਬੱਚੇ ਤਾਂ ਕਿਸੇ ਮਿਲਣਾ ਨਹੀਂ, ਬਸ ਦੁੱਖ ਬਣੀ ਹੋਈ ਆ। ਸਰਕਾਰਾਂ ਵਾਅਦੇ ਤਾਂ ਪੂਰੇ ਕਰਦੀਆਂ ਨਹੀਂ ਹੁੰਦੀਆਂ, ਵਾਅਦੇ ਕਰ ਤਾਂ ਜ਼ਰੂਰ ਦਿੰਦੀਆਂ ਨੇ, ਪਰ ਮਾਨ ਸਰਕਾਰ ਨੇ ਸਾਡਾ ਸਾਥ ਦੇ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਭਗਵੰਤ ਮਾਨ ਸਰਕਾਰ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਆਪਣੇ ਵਾਅਦੇ 'ਤੇ ਖਰੇ ਉਤਰਿਆ। ਸਾਡੇ ਜਵਾਨ ਨੇ ਸਾਡੇ ਲਈ ਉਹ ਲੜ ਰਹੇ ਨੇ, ਅਸੀਂ ਵੀ ਉਹਨਾਂ ਦਾ ਸਾਥ ਦਿੰਦੇ ਹਾਂ। ਜਾਨ ਤਾਂ ਨਹੀਂ ਵਾਪਸ ਲਿਆ ਸਕਦੇ, ਸੋ ਉਹਨਾਂ ਦੀਆਂ ਕੁਰਬਾਨੀਆਂ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ, ਪਰ ਪਰਿਵਾਰ ਨੂੰ ਆਰਥਿਕ ਤੌਰ 'ਤੇ ਧੱਕੇ ਨਾ ਖਾਣੇ ਪੈਣ, ਦਫ਼ਤਰਾਂ 'ਚ ਨਾ ਜਾਣਾ ਪਵੇ, ਸਾਡਾ ਫਰਜ਼ ਬਣਦਾ। ਇਹ ਪਹਿਲੀ ਸਰਕਾਰ ਹੈ ਭਗਵੰਤ ਮਾਨ ਦੀ ਜੋ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਸੁਣਦੀ ਆ।